پڑھ الف تب مائیا پڑھ الف تب مائیا نچڑی نو سم لئی ہے او دا نمبر تے مائیا نچڑی نو سم لئی ہے او دا نمبر تے مائیا ٹوٹے کہندے جب جی تمکی دی روٹی دے جڑے سریاں دا ساگ سرسوں دا بھول گئی سی کھانا بس اسی نوں پیزے دی پیکنگ دے وچ اوہی چیز لوکاں نوں کھلا رہے ਸਸਗਾ ਦਾ ਨਮਸਕਾਰ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਲਵਦੀਪ ਬੈਂਸ ਦੋਸਤੋ ਇੱਕ ਵਾਰ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਯੰਗ ਪੰਜਾਬੀ ਦੇ ਵਿਹੜੇ ਪੂਰੇ ਦੇਸ਼ ਦੀ ਆਵਾਜ਼ ਐਸੀ ਆਵਾਜ਼ ਜੰਮੂ ਕਸ਼ਮੀਰ ਦੀ ਆਵਾਦੀਆਂ ਵਰਗੀ ਠੰਡੀ ਆਵਾਜ਼ ਮੇਰੀ ਉਮਰਾਦ ਯਾਸਿਰ ਹੁਸੈਨ ਯਾਸਿਰ ਹੁਸੈਨ ਜੀ ਯੰਗ ਪੰਜਾਬੀ ਦੇ ਵਿਹੜੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਉਹ ਪੜ ਪੜ ਆਲਮ ਫਾਜ਼ਲ ਹੋਇਓ ਨਾਮ ਰਖਾ ਲਿਆ ਕਾਜੀ ਫੜ ਤਲਵਾਰ ਦਿਲਾਵਰ ਬਣਿਓ ਉਹ ਨਾਮ ਰਖਾ ਲਿਆ ਗਾਦੀ ਉਹ ਮੱਕੇ ਮਦੀਨੇ ਘੁੰਮ ਆਇਓ ਤੂੰ ਨਾਮ ਰਖਾ ਲਿਆ ਹਾਜੀ ਅਜੇ ਤੂੰ ਬੁੱਲਿਆ ਕੁਝ ਨੀ ਖੱਟਿਆ ਜੇਕਰ ਯਾਰ ਨਾ ਕੀਤਾ ਰਾਜੀ ਅਜੇ ਤੂੰ ਬੁੱਲਿਆ ਕੁਝ ਨੀ ਖੱਟਿਆ ਅਦਾਬ ਸਲਾਮ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਯਾਸਿਰ ਹੁਸੈਨ ਅਤੇ ਯੰਗ ਪੰਜਾਬੀ ਚੈਨਲ ਵੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰਾ ਜੀ ਆਇਆਂ ਨੂੰ ਨਿੱਘੀ ਸਲਾਮ ਅਰਜ਼ ਕਰਦਾ ਅਤੇ ਬਹੁਤ ਸ਼ੁਕਰੀਆ ਤੁਹਾਡਾ ਜੀ ਅੱਜ ਤੁਸੀਂ ਸਾਡਾ ਛੋਟਾ ਇੰਟਰਵਿਊ ਲੈਣ ਆਏ ਧੰਨਵਾਦ ਤੁਹਾਡਾ ਯਾਸਿਰ ਹੁਸੈਨ ਜੀ ਜਿੱਦਾਂ ਅੱਜ ਕੱਲ੍ਹ ਦੇ ਦੌਰ ਦਾ ਸਮਾਂ ਚੱਲ ਰਿਹਾ ਹੈ ਗਾਇਕੀ ਦਾ ਸਮਾਂ ਚੱਲ ਰਿਹਾ ਹੈ ਪਰ ਤੁਸੀਂ ਇੱਕ ਅਲੱਗ ਟੈਕਸਚਰ ਲੈ ਕੇ ਚੱਲੇ ਹੋ ਕੀ ਸੋਚਿਆ ਕਿਉਂਕਿ ਲੈਕਾਰੀ ਅਲੱਗ ਹੈ ਟੈਕਸਚਰ ਅਲੱਗ ਹੈ ਮਤਲਬ ਸਮਾਂ ਬੰਨ ਦਿੰਦੀ ਹੈ ਤੁਹਾਡੀ ਆਵਾਜ਼ ਇਹ ਲਾ ਲਓ ਕਿ ਅਸੀਂ ਇਹਨੂੰ ਕਹਿ ਸਕਦੇ ਹਾਂ ਕਿ ਜਿਵੇਂ ਕੋਈ ਤੁਸੀਂ ਦੇਸੀ ਸਰਿਆਂ ਦਾ ਸਾਗ ਲੋਕ ਖਾਣਾ ਭੁੱਲ ਗਏ ਸੀ ਜੀ ਅਤੇ ਤੁਹਾਡੇ ਕੀ ਕਹਿੰਦੇ ਨੇ ਤੁਹਾਡੇ ਜੀ ਸਾਡੇ ਸਾਗ ਹੀ ਕਹਿੰਦੇ ਨੇ ਸਾਗ ਦੇ ਨਾਲ ਜਿਹੜਾ ਰੋਟੀ ਹੁੰਦੀ ਹੈ ਮੱਕੀ ਦੀ ਸਾਡੇ ਤੁਹਾਡੇ ਕਹਿੰਦੇ ਜੰਮੂ ਜੀ ਤਾਂ ਮੱਕੀ ਦੀ ਰੋਟੀ ਦੇ ਜਿਹੜੇ ਸਰਿਆਂ ਦਾ ਸਾਗ ਸਰਸੋਂ ਦਾ ਭੁੱਲ ਗਏ ਸੀ ਖਾਣਾ ਬਸ ਅਸੀਂ ਉਹਨੂੰ ਪੀਜ਼ੇ ਦੀ ਪੈਕਿੰਗ ਦੇ ਵਿੱਚ ਉਹੀ ਚੀਜ਼ ਲੋਕਾਂ ਨੂੰ ਖਿਲਾ ਰਹੇ ਹਾਂ ਦੁਬਾਰਾ ਲੇਕਿਨ ਪੈਕਿੰਗ ਅਸੀਂ ਪੀਜ਼ੇ ਦੀ ਰੱਖਾਂਗੇ ਉਹ ਕਿਉਂ ਕਿ ਜਿਹੜੀ ਯੰਗ ਜਨਰੇਸ਼ਨ ਹੈ ਖਾਸ ਕਰ ਉਹ ਭੁੱਲ ਗਈ ਸੀ ਪੁਰਾਣੀ ਚੀਜ਼ਾਂ ਨੂੰ ਮਾਹੀਏ ਟੱਪੇ ਹੀਰਾਂ ਵਾਰਾਂ ਸੱਸੀਆਂ ਇਹ ਕੀ ਚੀਜ਼ ਹੁੰਦੀਆਂ ਬਸ ਅਸੀਂ ਉਹਨੂੰ ਥੋੜ੍ਹਾ ਨਵੇਂ ਡਿਜ਼ਾਇਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਜੋੜ ਕੇ ਜੀ ਇਹ ਸਭ ਚੀਜ਼ਾਂ ਸੁਣਾਉਣਾ ਚਾਹੁੰਦੇ ਹਾਂ ਅਤੇ ਬਹੁਤ ਪਿਆਰ ਮਿਲ ਰਿਹਾ ਸਾਰੀ ਦੁਨੀਆ ਤੋਂ ਸਾਰੇ ਯੂਥ ਦਾ ਮੁੰਡੇ ਕੁੜੀਆਂ ਦਾ ਅਤੇ ਬੜਾ ਅੱਛਾ ਲੱਗਦਾ ਅਤੇ ਸਾਡੀ ਇੱਕ ਕੋਸ਼ਿਸ਼ ਸੀ ਜਿਹੜੀ ਕਾਮਯਾਬ ਹੋ ਰਹੀ ਹੈ ਜੀ ਅਤੇ ਤੁਹਾਡੇ ਸਦਕੇ ਵੱਲੋਂ ਜੀ ਮੈਂ ਦੋਸਤੋ ਦੱਸ ਦੇਣਾ ਚਾਹੁੰਦਾ ਕਿ ਅੱਜ ਕੱਲ੍ਹ ਜਿਹੜੀ ਆਵਾਜ਼ ਬੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਚਾਹੇ ਉਹ ਇੰਸਟਾਗ੍ਰਾਮ ਹੋਵੇ ਮੌਜ ਹੋਵੇ ਜਾਂ ਜਿਹੜੀ ਵੀ ਮਰਜ਼ੀ ਸੋਸ਼ਲ ਮੀਡੀਆ 'ਤੇ ਤੁਸੀਂ ਐਪ ਦੇ ਰਹੇ ਜਿਹੜੇ ਇਹ ਵੀਰ ਮੇਰੇ ਨੇ ਗਾਏ ਨੇ ਇਹਨਾਂ ਨੂੰ ਟੱਪਿਆਂ ਦੇ ਨਾਲ ਨਾਲ ਮਾਈਆ ਵੀ ਕਹਿੰਦੇ ਨੇ ਇੱਕ ਹੋਰ ਨੰਬਰ ਤਾਂ ਦੇ ਮਾਈਆ ਵਾਲੀਆਂ ਦੋ ਲਾਈਨਾਂ 'ਚ ਸ਼ੇਅਰ ਕਰਦੇ ਤਾਂ ਬੜਾ ਮਜ਼ਾ ਆ ਜਾਏ ਵੇ ਪੜ ਅਲਫ ਤੂੰ ਬੇ ਮਾਈਆ ਅਲਫ ਤੂੰ ਬੇ ਮਾਈਆ ਪੜ ਅਲਫ ਤੂੰ ਬੇ ਮਾਈਆ ਨਿਚੜੀ ਨਵ ਸਿਮ ਲਈ ਹੈ ਉਹਦਾ ਨੰਬਰ ਤੇ ਮਾਈਆ ਨਿਚੜੀ ਨਵ ਸਿਮ ਲਈ ਹੈ ਉਹਦਾ ਨੰਬਰ ਤੇ ਮਾਈਆ ਜਿਹੜੀ ਸੋ ਦੋਸਤੋ ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹਿਣਾ ਮੇਰੇ ਵੀਰ ਯਾਸਿਰ ਹੁਸੈਨ ਨੂੰ ਬੜੀ ਪਿਆਰੀ ਆਵਾਜ਼ ਹੈ ਠੰਡੀ ਆਵਾਜ਼ ਹੈ ਕਿਉਂਕਿ ਜੰਮੂ ਦੀ ਧਰਤੀ ਤੋਂ ਆਇਆ ਹੈ ਨਾ ਠੰਡਾ ਹੈ ਮਿੱਠਾ ਹੈ ਸੇਬਾਂ ਵਰਗਾ ਲਾਲ ਗੁਲਾਲ ਹੈ ਤੇ ਮੇਰੇ ਵੀਰ ਦਾ ਇੱਕ ਨਵਾਂ ਸੌਂਗ ਆ ਰਿਹਾ ਹੈ ਚੰਡੀਗੜ੍ਹ ਉਹਦੇ ਬਾਰੇ ਯਾਰ ਚੰਡੀਗੜ੍ਹ ਚੱਲ ਰਿਹਾ ਜੀ ਉਹ ਮਤਲਬ ਇਹ ਲਾ ਲਓ ਕਿ ਪਹਿਲਾਂ ਸਾਡਾ ਅਸੀਂ ਬਹੁਤ ਇੱਕ ਮੀਟਿੰਗ ਕੀਤੀ ਸੀ ਕਿ ਅਸੀਂ ਕਿਹੜੀ ਚੀਜ਼ ਨਵੀਂ ਪਹਿਲੀ ਚੀਜ਼ ਕਿਵੇਂ ਫਸਟ ਇੰਪਰੈਸ਼ਨ ਲਾਸਟ ਇੰਪਰੈਸ਼ਨ ਚੀਜ਼ਾਂ ਨਹੀਂ ਕਹਿੰਦੇ ਅਤੇ ਅਸੀਂ ਸੋਚਿਆ ਕਿ ਉਹ ਯਾਰ ਚੰਡੀਗੜ੍ਹ ਚੱਲੇ ਹਾਂ ਥੋੜ੍ਹਾ ਜਿਹਾ ਮਤਲਬ ਕਿ ਮੇਰੀ ਸਟਰਕਚਰ ਤੋਂ ਥੋੜ੍ਹਾ ਹਟ ਗਿਆ ਹੈ ਲੇਕਿਨ ਮੇਰੀ ਕੋਸ਼ਿਸ਼ ਜਿਹੜੀ ਮੇਨ ਸੀਗੀ ਆਪਾਂ ਯੂਥ ਨੂੰ ਜੋੜੀਏ ਜੀ ਹੈ ਨਾ ਯੂਥ ਨੂੰ ਜਿਹੜਾ ਅੱਗੇ ਪਿੱਛੇ ਹੋ ਗਿਆ ਉਹ ਹੋ ਗਿਆ ਲੇਕਿਨ ਅਸੀਂ ਉਹਦੇ ਵਿੱਚ ਵੀ ਬੜੀ ਮਰਿਆਦਾ ਦੇ ਵਿੱਚ ਰਹਿ ਕੇ ਇੱਕ ਕੋਸ਼ਿਸ਼ ਕੀਤੀ ਆ ਬੋਲਣਾ ਦੇ ਰਾਹੀਂ ਅਤੇ ਜੋ ਉਹਦੀ ਕਹਾਣੀ ਹੈ ਜਾਂ ਕਿ ਅਸੀਂ ਜੰਮੂ ਕਸ਼ਮੀਰ ਤੋਂ ਉੱਧਰ ਸ਼ਹਿਰ ਨੂੰ ਚੱਲੇ ਹਾਂ ਚੰਡੀਗੜ੍ਹ ਨੂੰ ਜੀ ਅਤੇ ਉੱਥੇ ਜਾ ਕੇ ਜਿਹੜੀ ਅਸੀਂ ਮਾਹੌਲ ਵੇਖਿਆ ਉਹ ਅਸੀਂ ਉਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇਗਾ ਇਨਸ਼ਾਅੱਲਾ ਬੁੱਧਵਾਰ ਤੱਕ ਸਾਡਾ ਗੀਤ ਆ ਜਾਏਗਾ ਅਤੇ ਬਹੁਤ ਸਾਰਾ ਪਿਆਰ ਤੁਹਾਡੇ ਪਿਆਰ ਦੀ ਉਮੀਦ ਹੈ ਹੋਰ ਵੀ ਬੜੇ ਸੋਹਣੇ ਸੋਹਣੇ ਗੀਤ ਵੱਖਰੇ ਜਿਹੇ ਅੰਦਾਜ਼ 'ਚ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜੀ ਸੋ ਦੋਸਤੋ ਮੈਂ ਲਾਸਟ ਵਿੱਚ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਸਾਡੇ ਦੋਸਤ ਸਾਡੇ ਵੀਰ ਸਾਡੇ ਅਜ਼ੀਜ਼ ਯਾਸਿਰ ਹੁਸੈਨ ਨੇ
ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਜੰਮੂ ਦੀਆਂ ਠੰਡੀਆਂ ਹਵਾਵਾਂ ਵਰਗਾ ਸਾਡਾ ਵੀਰ ਹੈ, ਇਹਦੀ ਆਵਾਜ਼ 'ਚੋਂ ਇੱਕ ਮਹਿਕ ਜਿਹੜੀ ਆਉਂਦੀ ਹੈ ਨਾ ਮਰਦੇ ਜਾਂਦੇ ਪੰਜਾਬ ਦੀ, ਜੋ ਠੰਡਾ ਪੈ ਗਿਆ ਸੀ ਪੰਜਾਬ, ਉਹ ਪਾਕਿਸਤਾਨ ਦਾ ਪੰਜਾਬ ਜਿਹੜਾ ਅਸਲ ਪੰਜਾਬ ਸੀ ਉਹ ਟੈਕਸਚਰ ਇਹਦੀ ਆਵਾਜ਼ 'ਚੋਂ ਆਉਂਦਾ ਹੈ। ਸਾਨੂੰ ਬੜਾ ਆਨੰਦ ਆਉਂਦਾ ਹੈ, ਤੁਹਾਨੂੰ ਸਭ ਨੂੰ ਬੜਾ ਆਨੰਦ ਆਉਂਦਾ ਹੈ। ਸੋ ਮੇਰੇ ਵੀਰ ਦੇ ਆ ਰਹੇ ਨਵੇਂ ਟਰੈਕ ਨੂੰ ਜਿੱਦਾਂ ਤੁਸੀਂ ਮਾਹੀਆਂ ਨੂੰ ਟੱਪੇ ਨੂੰ ਪਿਆਰ ਦਿੱਤਾ ਹੈ, ਇੱਦਾਂ ਹੀ ਪਿਆਰ ਬਖਸ਼ਦੇ ਰਹਿਣਾ ਔਰ ਬਣੇ ਰਹਿਣਾ ਯੰਗ ਪੰਜਾਬੀ ਚੈਨਲ ਦੇ ਨਾਲ। ਲਾਸਟ 'ਚ ਦੋਸਤਾਂ ਨੂੰ ਜ਼ਰੂਰ ਕਹੋ ਇੱਕ ਵਾਰ ਧੰਨਵਾਦ ਜੀ, ਤੁਸੀਂ ਯੰਗ ਪੰਜਾਬੀ ਚੈਨਲ ਦੇ ਨਾਲ ਬਣੇ ਰਹੋ। ਨਾਮ ਹੀ ਯੰਗ ਹੈ ਅਤੇ ਸੋਹਣੀਆਂ ਸੋਹਣੀਆਂ ਚੀਜ਼ਾਂ ਵਧੀਆ ਅੱਛੀਆਂ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ ਭਾਅ ਜੀ। ਬੜਾ ਅੱਛਾ ਇਹਨਾਂ ਦਾ ਲਹਿਜ਼ਾ, ਬੜਾ ਅੱਛਾ ਵਿਵਹਾਰ ਲੱਗਿਆ ਇਹਨਾਂ ਦਾ, ਅਤੇ ਹੱਸਦੇ ਰਹੋ ਵੱਸਦੇ ਰਹੋ। ਹੱਸਦੇ ਰਹੋ ਵਸਦੇ ਰਹੋ ਪੰਜਾਬੀ, ਔਰ ਸੁਣਦੇ ਰਹੋ ਮੇਰੇ ਪਿਆਰੇ ਵੀਰ ਯਾਸਿਰ ਹੁਸੈਨ। ਧੰਨਵਾਦ ਧੰਨਵਾਦ।